ਅੱਜ ਕੱਲ੍ਹ ਬੱਚੇ ਵਿਦੇਸ਼ ਜਾਣ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ ਤਾਂ ਕਿ ਵਿਦੇਸ਼ ਜਾ ਕੇ ਆਪਣੇ ਘਰਦਿਆਂ ਦਾ ਸੁਪਨਾ ਪੂਰਾ ਕਰ ਸਕਣ। ਤਾਂ ਫਿਰੋਜ਼ਪੁਰ ਦੇ ਵਿੱਚ ਇੱਕ ਬੇਟੀ ਤਲਵੰਡੀ ਭਾਈ ਦੇ ਨਾਲ ਲੱਗਦੇ ਪਿੰਡ ਲੱਲੇ ਦੀ ਇੱਕ ਬੇਟੀ ਹੈਗੀ ਹੈ ਜਿਹੜੀ ਵਿਦੇਸ਼ ਜਾ ਕੇ ਫਸ ਗਈ। ਏਜੰਟਾਂ ਨੇ ਉਸ ਨੂੰ ਅੱਗੇ ਜਿਹੜਾ ਕਿਸੇ ਥਾਂ ਦੇ ਉੱਤੇ ਭੇਜ ਦਿੱਤਾ ਜਿੱਥੇ ਜਾ ਕੇ ਉਹ ਫਸ ਗਈ। ਉਸਨੇ ਉਸ ਘਰ ਦੇ ਵਿੱਚ ਕੰਮ ਕੀਤਾ ਪਰ ਉਸਨੂੰ ਨਾ ਤਾਂ ਪੈਸੇ ਮਿਲੇ ਔਰ ਨਾ ਹੀ ਉਹਨੂੰ ਖਾਣ ਨੂੰ ਜ਼ਿਆਦਾ ਮਿਲਦਾ ਹੈਗਾ ਸੀਗਾ ਔਰ ਉਸ ਨਾਲ ਮਾਰਕੁੱਟ ਵੀ ਹੁੰਦੀ ਸੀਗੀ। ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ, ਉਹ ਵੀ ਤੁਹਾਨੂੰ ਸੁਣਾਵਾਂਗੇ ਕਿ ਪਰਿਵਾਰ ਕੀ ਕਹਿੰਦਾ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਮਾਂ ਹੈ ਜਿਸ ਦੀ ਧੀ ਅੱਜ ਬਾਹਰਲੇ ਮੁਲਕ ਫਸੀ ਹੋਈ ਹੈ, ਬਗਦਾਦ ਦੇ ਵਿੱਚ ਫਸੀ ਹੋਈ ਹੈ। ਗਈ ਕਿਤੇ ਸੀ, ਉਸਨੂੰ ਏਜੰਟਾਂ ਨੇ ਕਿਤੇ ਅੱਗੇ ਭੇਜ ਦਿੱਤਾ ਜਿੱਥੇ ਉਹ ਫਸੀ ਹੈ। ਇਹ ਭਰਾ ਹੈ ਔਰ ਅਰਸ਼ਦੀਪ ਅੱਜ ਉੱਥੇ ਫਸੀ ਹੋਈ ਹੈ। ਤਾਂ ਪਰਿਵਾਰ ਵਾਲੇ ਮੰਗ ਕਰਦੇ ਹੈਗੇ ਆ ਭਾਰਤ ਸਰਕਾਰ ਤੋਂ ਕਿ ਉਸ ਨੂੰ ਜਲਦ ਤੋਂ ਜਲਦ ਜਿਹੜਾ ਵਾਪਸ ਲਿਆਂਦਾ ਜਾਵੇ। ਮਾਂ ਦਾ ਘਰ ਦਾ ਜੀਆਂ ਦਾ ਰੋ ਰੋ ਬੁਰਾ ਹਾਲ ਹੈਗਾ। ਘਰ ਦੀ ਉਹ ਬੇਟੀ ਹੈ, ਭਰਾ ਦੀ ਭੈਣ ਹੈ, ਮਾਂ ਦੀ ਧੀ ਹੈ। ਕਈ ਸੁਪਨੇ ਹੁੰਦੇ ਨੇ, ਗਰੀਬ ਪਰਿਵਾਰ ਹੈ, ਕਈ ਸੁਪਨੇ ਹੁੰਦੇ ਨੇ, ਪਰ ਅੱਜ ਬੇਟੀ ਇਹਨਾਂ ਦੀ ਉੱਥੇ ਫਸੀ ਹੋਈ ਹੈ। ਤਾਂ ਮਾਂ ਦਾ ਰੋ ਰੋ ਬੁਰਾ ਹਾਲ ਹੈ। ਮਾਂ ਦਾ ਕਹਿਣਾ ਕਿ ਉਸਦੀ ਬੇਟੀ ਨੂੰ ਉੱਥੋਂ ਵਾਪਸ ਲਿਆਂਦਾ ਜਾਵੇ। ਕੈਮਰਾ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ। ਤੁਹਾਡਾ ਘਰ ਕਿੱਥੇ ਹੈ? ਸਤਿ ਸ਼੍ਰੀ ਅਕਾਲ ਵੀਰ ਜੀ, ਸਾਡਾ ਘਰ ਲੱਲੇ ਪਿੰਡ ਜੀ। ਲੱਲੇ ਪਿੰਡ, ਹਾਂਜੀ। ਤੁਹਾਡੀ ਬੇਟੀ ਦਾ ਕੀ ਨਾਮ ਹੈ? ਸਾਡੀ ਬੇਟੀ ਦਾ ਨਾਮ ਅਰਸ਼ਦੀਪ ਕੌਰ। ਕਦੋਂ ਇਹ ਅਰਸ਼ਦੀਪ ਕਿੱਥੇ ਗਈ ਹੈਗੀ ਸੀਗੀ? ਇਹ ਵੀਰੇ ਵੀਜ਼ਾ ਤਾਂ ਉਹਦਾ ਕਤਰ ਦਾ ਲੱਗਾ ਸੀਗਾ ਅਤੇ ਕੁੜੀਆਂ ਕਿਸ ਕੁੜੀ ਨਾਲ ਰਲ ਕੇ ਉਹਨੇ ਦਿਨਾਂ ਕੀ ਆ ਸਾਰੇ ਕਾਗਜ਼ ਪੱਤਰ ਤਿਆਰ ਕੀਤੇ ਸੀਗੇ। ਸਹੇਲੀਆਂ ਸਹੇਲੀਆਂ ਬਣੀਆਂ ਸੀਗੀਆਂ, ਕੰਪਨੀ ਵਿੱਚ ਲੱਗੀਆਂ ਰਹੀਆਂ ਲੁਧਿਆਣੇ ਫੈਕਟਰੀ ਵਿੱਚ, ਅਤੇ ਉੱਥੋਂ ਹੀ ਇਹਨੇ ਕਾਗਜ਼ ਪੱਤਰ ਬਣਵਾ ਲਏ। ਕਾਗਜ਼ ਪੱਤਰ ਬਣਵਾ ਲਏ ਅਤੇ ਇਹ ਵੀਰੇ ਉਹਦੇ ਰਾਹੀਂ ਮਮਤਾ ਨਾਮ ਦੀ ਕੁੜੀ ਆ ਉਹਦੇ ਰਾਹੀਂ ਗਈ ਵੀ ਆ, ਅਤੇ ਉਹ ਆਪਦੇ ਕੋਲ ਤਾਂ ਗਈ ਨਹੀਂ ਕਤਰ, ਉਹ ਅੱਗੇ ਰਾਖ 'ਚ ਉਹਨੂੰ ਲੈ ਗਈ ਅਗਾਂਹ ਅੱਗੇ ਦੁਬਈ ਦੇ ਏਜੰਟ ਨਾਲ ਸੋਨੀਆ ਨਾਲ ਗੱਲਬਾਤ ਕਰਕੇ, ਅਤੇ ਵੀਰੇ ਉਹਨੂੰ ਉੱਥੇ ਰਾਖ 'ਚ ਲੈ ਗਈ ਆ। ਰਾਖ 'ਚੋਂ ਕਿਸੇ ਦੇ ਘਰ ਪਹੁੰਚਾਇਆ ਗਿਆ ਵਾ ਕਿ ਕੰਮ ਕਰਨ ਲਈ, ਝਾੜੂ ਪੋਚਾ ਲਗਾਉਣ ਲਈ। ਝਾੜੂ ਪੋਚਾ ਲਾਉਂਦੀ ਸੀਗੀ ਦੋ ਦੋ ਜਿਹਨਾਂ ਕੀ ਆ, ਟਾਈਮ ਨਹੀਂ ਸੀ ਕੋਈ ਹੈਗਾ, ਸਾਰੀ ਦਿਹਾੜੀ ਕੰਮ ਕਰਾਉਂਦੇ ਸੀ, ਰੁੱਖੇ ਚੌਲਾਂ 'ਤੇ ਉੱਥੇ ਗੁਜ਼ਾਰਾ ਕਰਦੀ ਸੀ ਵੀਰੇ। ਕਿਵੇਂ ਫਸ ਗਈ ਹੈ ਉੱਥੇ ਜਾ ਕੇ? ਕੀ ਗੱਲਬਾਤ ਹੋਈ ਉਸਦੇ ਨਾਲ? ਸਾਡੀ ਕੋਈ ਨਹੀਂ ਗੱਲਬਾਤ ਹੋਈ, ਸਾਡੀ ਤਾਂ ਕੁੜੀ ਨਾਲ ਹੀ ਗੱਲਬਾਤ ਹੋਈ ਜਿਹੜੀ ਅੰਮ੍ਰਿਤਸਰ ਦੀ ਆ, ਇਹਦੇ ਨਾਲ ਗੱਲ ਹੋਈ ਆ। ਬਾਕੀ ਗੁੱਡੀ ਨਾਲ ਗੱਲ ਹੁੰਦੀ ਰਹੀ ਆ, ਫੋਨ ਫਾਨ 'ਤੇ ਹੁੰਦੀ ਰਹੀ ਆ, ਜੋ ਦੋਨਾਂ ਜੰਟਾਂ ਨਾਲ, ਇਹ ਮਮਤਾ ਕੁੜੀ ਇੱਕ ਸੋਨੀਆ ਵਾ, ਇਹਨਾਂ ਨਾਲ ਫੋਨ 'ਤੇ ਗੱਲ ਹੁੰਦੀ ਰਹੀ ਆ। ਕਿਵੇਂ ਕਿੰਨੇ ਕਿਵੇਂ ਇਹ ਗਈ ਸੀਗੀ ਇੱਥੋਂ ਕਿਵੇਂ ਗਈ ਸੀਗੀ ਉੱਥੇ? ਇਹ ਬਸ ਵੀ ਇਹਦੇ ਨਾਲ ਕੀ ਆ, ਇੱਥੋਂ 9 ਤਰੀਕ ਨੂੰ ਇਹਦੀ ਫਲੈਟ ਆ, 9 ਮਾਰਚ ਸੀਗਾ, ਅਤੇ ਇੱਥੋਂ ਚੜ੍ਹੀ ਆ, ਚੜ੍ਹੀ ਉਹਨਾਂ ਦਿੱਲੀ ਤਾਰ, ਦਿੱਲੀ ਸਟੇ ਸੀਗੀ, ਦਿੱਲੀ ਤਾਰ ਉੱਤਰ ਗਈ ਆ। ਉੱਤਰ ਕੇ ਇਹਨੇ ਫੋਨ ਲਾਇਆ ਕਿ ਮੈਨੂੰ ਵੀ ਦੀਦੀ ਤੂੰ ਆਪਦੇ ਕੋਲ ਲਿਜਾਏਂਗੀ? ਕਹਿੰਦੀ ਨਹੀਂ ਨਹੀਂ ਤੂੰ ਇੱਥੇ ਰੁਕ ਜਾ, ਕਹਿੰਦੀ ਤੈਨੂੰ ਦੀਦੀ ਲੈਣ ਆਉਂਦੀ ਆ। ਜਦੋਂ ਦੂਜੀ ਏਜੰਟ ਆਈ ਆ ਅਤੇ ਉਹਦੇ ਨਾਲ ਗੱਲਬਾਤ ਹੋਈ ਆ, ਉਹ ਆਪਦੇ ਏਜੰਟ ਦੇ ਆ ਘਰ ਲੈ ਗਈ ਆ, ਘਰ ਲੈ ਗਈ ਆ ਤਾਂ ਰਾਤ ਰੱਖਿਆ ਉੱਥੇ। ਰਾਤ ਰੱਖਣ 'ਚ ਉਹਨਾਂ ਨੇ, ਕਿਉਂਕਿ ਕਾਗਜ਼ ਪੱਤਰ ਰਾਤ ਰਾਤ ਤਿਆਰ ਕੀਤੇ ਉਸ ਏਜੰਟ ਨੇ, ਦੁਬਈ ਵਾਲੇ ਨੇ, ਰਾਤ ਰਾਤ ਕਾਗਜ਼ ਪੱਤਰ ਤਿਆਰ ਕਰਕੇ ਅਤੇ ਉਹਨੂੰ ਰਾਖ 'ਚ ਪਹੁੰਚਾਇਆ ਗਿਆ। ਰਾਖ 'ਚ ਲੈ ਕੇ ਗਈ ਨੂੰ 3-4 ਦਿਨ ਹੋ ਗਏ ਸੀ, ਉਹਦੀ ਕੋਈ ਗੱਲਬਾਤ ਸਾਡੇ ਨਾਲ ਨਹੀਂ ਹੋਈ। ਉਹ ਤੋਂ ਬਾਅਦ ਉਹਨਾਂ ਨੇ ਆਪਦੇ, ਕਹਿੰਦੀ ਉਮਰ ਛੋਟੀ ਆ 20 ਸਾਲ ਦੀ, ਅਸੀਂ ਕੰਪਨੀ 'ਚ ਨਹੀਂ ਰੱਖ ਸਕਦੇ, ਉਹ ਆਪਦੇ ਘਰ ਲੈ ਗਏ। ਜਦੋਂ ਘਰ ਲੈ ਗਏ, ਘਰ ਉਹ 3 ਮਹੀਨੇ 4 ਕੰਮ ਕਰਦੀ ਰਹੀ ਆ, ਕੋਈ ਤਨਖਾਹ ਨਹੀਂ ਦਿੱਤੀ ਉਹਨਾਂ ਨੇ, ਵੀ ਆ ਰੁੱਖੇ ਚੌਲਾਂ 'ਤੇ ਗੁਜ਼ਾਰਾ ਕੀਤਾ ਉਹਨੇ ਕੁੜੀ ਨੇ। ਗਾਂਹ ਹੁਣ ਛੱਡ ਕੇ ਉਹਨੂੰ ਕਿਸੇ ਹੋਰ ਦੇ ਘਰ ਛੱਡ ਕੇ ਚਲੇ ਗਏ ਆ 3 ਮਹੀਨਿਆਂ ਵਾਸਤੇ, ਅਤੇ ਕੁੜੀ ਮੇਰੀ ਐਂ ਖੱਜਲ ਖਰਾਬ ਹੋਈ ਆ ਉੱਥੇ। ਪੈਸੇ ਕੋਈ ਵੀ ਨਹੀਂ ਦਿੱਤੇ? ਪੈਸਾ ਕੋਈ ਵੀ ਨਹੀਂ ਦਿੱਤਾ, ਹੁਣ ਵਾਲੇ ਘਰ ਵਾਲਿਆਂ ਨੇ ਵੀ ਨਹੀਂ ਕੋਈ ਪੈਸਾ ਦਿੱਤਾ। 5 ਮਹੀਨੇ ਹੋ ਗਏ ਗਈ ਨੂੰ।
ਗੱਲਬਾਤ ਤੁਹਾਡੀ ਉਹਦੇ ਨਾਲ ਹੋਈ ਹੈ, ਕਿਵੇਂ ਦੇ ਹਾਲਾਤ ਹੈ ਜਿਹੜੇ ਉਹਦੇ? ਗੱਲਬਾਤ ਐਂ ਹੁੰਦੀ ਰਹੀ ਆ ਕਿ ਚੋਰੀ ਛਪੋਰੀ ਫੋਨ ਲਾ ਕੇ ਕਹਿੰਦੀ ਹੁੰਦੀ ਸੀ ਕਿ ਮੇਰੇ ਮੈਨੂੰ ਨਾ ਤਾਂ ਕੋਈ ਤਨਖਾਹ ਦਿੰਦੇ ਆ ਅਤੇ ਵੀ ਮੈਂ ਇੱਥੇ ਆਣ ਕੇ ਫਸ ਗਈ ਹਾਂ, ਨਾ ਮੈਨੂੰ ਇਹਨਾਂ ਦੀ ਕੋਈ ਬੋਲੀ ਦੀ ਸਮਝ ਲੱਗਦੀ ਆ, ਨਾ ਹੀ ਇਹਨਾਂ ਨੂੰ ਮੇਰੀ ਕੋਈ ਸਮਝ ਲੱਗਦੀ, ਮੇਰੇ ਤੋਂ ਕੰਮ ਕਰਾਈ ਜਾਂਦੇ ਰਹਿੰਦੇ ਆ। ਕੰਮ ਦਾ ਵੀ ਜਾਣਾ ਕਿੱਥੇ ਸੀ ਔਰ ਪਹੁੰਚ ਕਿੱਥੇ ਗਈ? ਜਾਣਾ ਇਹਨੇ ਕਤਰ ਸੀਗਾ, ਕਤਰ ਦਾ ਵੀਜ਼ਾ ਸੀ, ਹਾਂਜੀ ਕਤਰ ਜਾਣਾ ਸੀ। ਕਤਰ ਉਹ ਕੁੜੀ ਲਿਜਾਉਂਦੀ ਸੀ, ਕੁੜੀ ਨੇ ਮੁੜ ਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਫੋਨ ਵੀ ਬੰਦ ਕਰ ਲਏ, ਉਹਦੀ ਕੁੜੀ ਦੀ ਕੋਈ ਗੱਲ ਨਹੀਂ ਸੁਣੀ ਇਹਨਾਂ, ਉਹਨੇ ਕਹਿੰਦੀ ਰਹੀ। ਫਿਰ ਉੱਥੇ ਪਹੁੰਚਾ ਕਿੱਥੇ ਦਿੱਤਾ ਇਹਨਾਂ ਨੇ? ਵੀ ਇਹਦੇ ਨਾਲ ਕੀ ਐਂ ਕਹਿੰਦੀ ਰਹੀ ਕਿ ਤੁਸੀਂ ਮੈਨੂੰ ਫਸਾ ਤਾ ਵੀ, ਮੇਰੇ ਕੋਲ ਵੀ ਠੱਗੀ ਠੋਰੀ ਮਾਰ ਲਈ ਆ ਤੁਸੀਂ ਮੇਰੇ ਨਾਲ, ਵੀ ਮੈਂ ਤਾਂ ਆਪਦਾ ਪੈਸਾ ਭਰ ਕੇ ਆਈ ਸੀਗੀ। ਕਿੰਨੇ ਪੈਸੇ ਭਰੇ ਸੀਗੇ? ਪੈਸੇ 90,000 ਰੁਪਈਆ ਦਿੱਤਾ ਪਹਿਲਾਂ, ਫਿਰ ਕੋਈ 10 ਦੇ ਦਿੱਤਾ, ਇਸ ਤਰ੍ਹਾਂ ਆਪਾਂ ਗੂਗਲ ਪੇ ਪੈਸੇ ਕਰਦੇ ਰਹੇ ਹਾਂ। ਆਹ ਟਿਕਟ ਆ ਤੁਸੀਂ ਆਹ ਟਿਕਟ ਕਰਵਾ ਦਿਓ। ਫਲੈਟ ਤਾਂ ਇਹਦੀ 10 ਤਰੀਕ ਦੀ ਸੀ, ਉਹਨੇ ਕਹਿ ਕਵਾ ਕੇ 9 ਤਰੀਕ ਦੀ ਕਰਵਾ ਦਿੱਤੀ, 9 ਤਰੀਕ ਤੋਂ ਇੱਕ ਦਿਨ ਪਹਿਲਾਂ ਹੀ ਲੈ ਗਈ ਉਹ। 10 ਤਰੀਕ ਨੂੰ ਤਾਂ ਕੁੜੀ ਜਾਣ ਹੀ ਨਹੀਂ ਦਿੱਤੀ, ਤਾਂ ਉਹ 9 ਤਰੀਕ ਨੂੰ ਲੈ ਗਈ ਉਹਨੇ। ਕਿੰਨਾ ਪੜ੍ਹੀ ਹੋਈ ਸੀ ਅਰਸ਼ ਦੀ? ਪੜ੍ਹੀ ਸੀ 8। 8 ਪੜ੍ਹੀ ਹੋਈ ਸੀ, ਹਾਂਜੀ। ਤਾਂ ਜਿਹੜੇ ਨਾਲ ਲੈ ਕੇ ਗਏ ਜਿਹੜੀ ਏਜੰਟ ਬਣੀ ਆ, ਉਹਦੀ ਸਹੇਲੀ ਸੀਗੀ? ਨਹੀਂ, ਉਹ ਜਿਹੜੀ ਦੁਬਈ ਵਾਲੀ ਏਜੰਟ ਉਹਨੂੰ ਤਾਂ ਨਹੀਂ ਉਹ ਜਾਣਦੀ ਸੀ, ਅਤੇ ਇਹ ਕੁੜੀ ਨੂੰ ਅੰਮ੍ਰਿਤਸਰ ਵਾਲੀ ਨੂੰ ਤਾਂ ਉਹ ਜਾਣਦੀ ਸੀਗੀ, ਜਿਹਦੇ ਨਾਲ ਗਾਹ ਗੱਲਬਾਤ ਕੀਤੀ ਉਹਨੂੰ ਨਹੀਂ ਜਾਣਦੀ ਸੀ ਇਹ। ਹੁਣ ਇਸ ਵੇਲੇ ਕਿੱਥੇ ਹੈਗੀ? ਮਤਲਬ ਉਹ ਉੱਧਰ ਹੀ ਰਹਿੰਦੀ ਆ, ਦੁਬਈ 'ਚ ਹੀ ਰਹਿੰਦੀ ਆ ਹੁਣ ਤੋਂ, ਇਸ ਵਕਤ ਰਾਕਸ਼ ਹੀ ਆ, ਰਾਕਸ਼ ਸ਼ਾਇਦ ਕਿਸੇ ਦੇ ਘਰ ਆ ਗਈ, ਇਹਦੇ ਨਾਲ ਹੀ ਸੀ ਉਹ, ਫਸ ਗਈ ਉਹ ਵੀ ਨਾਲ ਲਿਜਾ ਕੇ ਇਹਨੂੰ, ਨਾਲ ਇਹਨੂੰ ਵੀ ਫਸਾ ਤਾ, ਆਪ ਵੀ ਫਸੀ ਹੋਈ ਆ। ਤੁਹਾਡੀ ਬੇਟੀ ਮਤਲਬ ਹੁਣ ਕਿੱਥੇ, ਕਿਹੜੀ ਜਗ੍ਹਾ 'ਤੇ? ਸਾਡੀ ਬੇਟੀ ਰਾਖ 'ਚ, ਬਗਦਾਦ ਸ਼ਹਿਰ 'ਚ ਆ। ਅੱਛਾ, ਕਿਸੇ ਦੇ ਘਰ ਆ। ਤਾਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਬਸ ਇਹੀ ਕਰਦੇ ਕਿ ਸਾਡੀ ਬੇਟੀ ਉੱਥੋਂ ਕਢਾਈ ਜਾਵੇ, ਅਸੀਂ ਗਰੀਬ ਪਰਿਵਾਰ ਹਾਂ, ਵੀ ਦਿਹਾੜੀ ਡੱਪਾ ਚੱਲਦਾ ਪਿਆ ਵਾ, ਕੋਈ ਇਹੋ ਜਿਹੀ ਆਮਦਨ ਨਹੀਂ ਹੈਗੀ ਜਿਹੜਾ ਕੋਈ ਅਸੀਂ ਪੈਸਾ ਭਰ ਕੇ ਕਢਾ ਸਕਦੇ ਹਾਂ। ਕਿੰਨਾ ਔਖਾ ਹੋ ਜਾਂਦਾ ਕਿ ਬੇਟੀ ਨੂੰ ਇੰਨੇ ਚਾਹਵਾਨਾ ਜਿਹੜਾ? ਇਹ ਤਾਂ ਹੈ ਹੀ ਆ ਵੀਰੇ, ਆਪ ਤਾਂ ਸੋਚਿਆ ਸੀ ਚੱਲ ਕੋਈ ਨਹੀਂ ਮੁੰਡੇ ਕਿ ਦਿਹਾੜੀਦਾਰ ਹੈਗੇ ਵਿਚਾਰੇ, ਲੋਨ ਚੱਕ ਕੇ ਪੈਸੇ ਦਿੱਤੇ ਸੀ ਅਸੀਂ, ਕੋਈ ਰਿਸ਼ਤੇਦਾਰਾਂ ਤੋਂ ਦਿੱਤੇ ਕੁਛ, ਆ ਵੱਡੇ ਮੁੰਡੇ ਨੇ ਦਿੱਤੇ ਲੋਨ ਚੱਕਿਆ, ਕੁਛ ਛੋਟੇ ਮੁੰਡੇ ਨੇ ਦਿੱਤੇ, ਇਸ ਕਰਕੇ ਰੁਪਈਆ ਜੋੜ ਕੇ ਅਸੀਂ ਭੇਜੀ ਸੀਗੀ, ਪਰ ਸਾਡੇ ਸੁਪਨੇ ਨਹੀਂ ਮਨਜ਼ੂਰ ਹੋਏ। ਉੱਥੇ ਜਾ ਕੇ ਫਸ ਗਈ? ਫਸ ਗਈ ਉੱਥੇ ਜਾ ਕੇ, ਹੁਣ ਨਿਕਲਣਾ ਮੁਸ਼ਕਲ ਹੋਇਆ ਵਿਆ ਉੱਥੋਂ। ਕੀ ਕਹਿੰਦੀ ਹੈਗੀ ਹੈ ਕਿ ਉੱਥੇ ਕੁਝ ਵੀ ਪੈਸੇ ਜਿਹੜੇ ਆ ਨਹੀਂ ਦਿੰਦੇ ਹੈਗੇ, ਉਹ ਕੀ ਕਹਿੰਦੀ ਹੈ ਵਾਪਸ ਆਉਣਾ ਚਾਹੁੰਦੀ ਹੈ, ਕਿਵੇਂ ਹੈ? ਉਹ 1-2 ਵਾਰੀ ਘਰਦਿਆਂ ਨੂੰ ਕਿਹਾ ਉਹਨੇ ਕਿ ਮੈਂ ਵਾਪਸ ਜਾਣਾ ਹੈ, ਅਤੇ ਉਹ ਕਹਿੰਦੇ ਕਿ 2-3 ਲੱਖ ਰੁਪਈਆ ਭਰ ਜਾ, ਨਾਲੇ ਸਾਡਾ ਇਹ ਘਰ ਵਾਲੇ ਕਹਿੰਦੇ ਸਾਨੂੰ ਭਰ ਜਾ, ਨਾਲੇ ਕੰਪਨੀ ਦੇ ਪੈਸੇ ਭਰ ਜਾ ਅਤੇ ਵਾਪਸ ਚਲੀ ਜਾ। ਹੁਣ ਤੁਸੀਂ ਦੱਸੋ ਵੀ ਅਸੀਂ ਹੁਣ ਇੰਨੇ ਪੈਸੇ ਕਿੱਥੋਂ ਭਰ ਕੇ ਅਤੇ ਉਹਨੂੰ ਕਢਵਾ ਸਕਦੇ ਹਾਂ। ਰੋਂਦੀ ਹੋਈ? ਰੋਂਦੀ, ਉਹ ਬਹੁਤ ਜ਼ਿਆਦਾ ਰੋਂਦੀ ਆ। ਕੀ ਨਾਮ ਹੈ ਤੁਹਾਡਾ? ਬਲਜਿੰਦਰ ਕੌਰ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ 5 ਹੈ। 5? ਤੁਹਾਡੀ ਛੋਟੀ ਭੈਣ ਸੀਗੀ? ਹਾਂਜੀ, ਛੋਟੀ ਮੈਂ ਅਮਰਿਤ। ਕਦੋਂ ਗਈ ਸੀਗੀ? ਉਹ 9 ਮਾਰਚ ਨੂੰ ਗਈ ਹੈ। ਕਿੱਥੇ ਭੇਜਿਆ ਹੈਗਾ ਸੀਗਾ? ਭੇਜਿਆ ਤਾਂ ਇਹ ਕਤਰ ਸੀਗਾ, ਲੈ ਹੁਣ ਬਗਦਾਦ ਗਏ। ਕਿਵੇਂ ਲੈ ਗਏ ਬਗਦਾਦ? ਹੋਇਆ ਕੀ ਹੈ? ਹੋਇਆ ਕਿ ਇਹਦਾ ਜੰਟੀ ਤੁਹਾਨੂੰ ਪਤਾ ਜੀ, ਤੁਹਾਡੇ ਨਾਲ ਧੋਖਾ ਹੋ ਗਿਆ। ਹਾਂਜੀ, ਸਾਡੇ ਨਾਲ ਧੋਖਾ ਹੋਇਆ। ਕਤਰ ਦਾ ਵੀਜ਼ਾ ਲੱਗਾ ਸੀਗਾ ਤਾਂ ਲੈ ਕੇ ਬਗਦਾਦ ਚਲੇ। ਹਾਂਜੀ, ਬਗਦਾਦ। ਕੀ ਹਾਲਾਤ ਕੀ ਹੈ ਹੁਣ ਲੜਕੀ ਦੇ ਉੱਤੇ? ਹਾਲਾਤ ਤਾਂ ਹੁਣ ਮਾੜੇ ਹੀ ਹੈ, ਜਿੰਨਾ ਕਿਹਾ ਜਿਵੇਂ ਮਾੜੇ ਹੀ ਹੈ। ਔਖਾ ਹੋਇਆ ਪਿਆ, ਆਉਣ ਦਾ ਕੋਈ ਸਾਧਨ ਨਹੀਂ। ਪੈਸੇ ਮੰਗਦੇ ਇੰਨੇ, 20 ਲੱਖ ਰੁਪਇਆ ਅਸੀਂ ਕਿੱਥੋਂ ਭਰ ਦੇਵਾਂਗੇ? ਦਿਹਾੜੀਦਾਰ ਬੰਦੇ ਆ। ਕੀ ਕਹਿੰਦੇ ਹੈਗੇ ਨੇ ਉਹ? ਪੇਮੈਂਟ ਕਹਿੰਦੇ ਪਾਓ 1,10,000। ਕੌਣ ਕਹਿੰਦਾ ਤੁਹਾਨੂੰ? ਸਰਕਾਰ ਘਰੇ
नहीं करी। हाँ जी। तो उन्होंने जरा काम कराया, कोई पैसे नहीं दिते? कोई पैसे नहीं दिते उन्होंने, बस ऐसे तेल तो बाद भी वो वापस भेज देंगे या पैसे मंगन दा, वो ठगी ठगी हो सकती है। अरे वेखो हुण की बनदा, पैसे मंगदे आ, पैसे अहीं इन्हें देण नहीं जोगे। तुसीं इस चीज़ की शिकायत भी किसे कीती सी? शिकायत कीती सी सरकार नूं, कहा वी कुछ तो मदद करन गरीब बंदे की। मंग करदे सरकार तो भी वापस लेके आया जाए? हाँ जी, वापस भेजा जाए सरकार को। सरकार को तो यही मांग है साड़ी। की नाम है तुहाडा? मेरा नाम संदीप सिंह है।